सत श्रीकाल फ्रेंड्स, अज असीं मिल्क केक बनावांगे। मिल्क केक बनाउण वास्ते मैं 1.5 किलो दुध लिया है पनीर फटाउण वास्ते, ते वनीगर दे नाल पनीर फटावांगे। असीं दही नाल भी फटा सकदे हां, नींबू नाल भी फटा सकदे हां, अपनी मर्जी है। केक बनाउण वास्ते 1 किलो दुध मैं आड़ पासे ते बॉयल करांगी, ते मिठा दुध मैं इहदे विचों वरतांगी पनीर दे हिसाब नाल जिन्ना क पनीर बनूगा। ते कैशू नट लए ने 50 ग्राम, ते 2-3 मैं इलायचियां लईयां ने। बनाउणा शुरू करदे हां। सब तो पहला मिल्क केक बनाने वास्ते मैं जिहड़ा 1 किलो दुध लिया है उहनूं संघना होण वास्ते रिझण लई धर दिंदी हां, क्योंकि बाला टाइम लगता है। दुध नूं पा के हौली हौली थोड़ा थोड़ा चिर हिलाउंदे रहांगे ते साडा मिल्क केक फिर छेती छेती तैयार हो जाऊगा। मैं दोवें गैस वरत रही हाँ। पनीर बनाउण वास्ते 1.5 किलो दुध नूं मैं पा दिता है। हुण असीं इहनूं गर्म होण नूं वेट करदे हां। दुध नूं उबाल आ चुका है, ਤੱਤੇ ਤੱਤੇ ਦੇ ਵਿੱਚ ਵਨੀਗਰ ਨਹੀਂ ਪਾਉਣਾ, ਥੋੜ੍ਹਾ ਜਿਹਾ ਅਸੀਂ ਇਹਨੂੰ ਠੰਡਾ ਕਰਾਂਗੇ। ਦੁੱਧ ਨੂੰ ਅਸੀਂ ਥੋੜ੍ਹਾ ਜਿਹਾ ਠੰਡਾ ਕਰ ਲਿਆ ਹੈ, ਬਾਹਲਾ ਠੰਡਾ ਨਹੀਂ ਕਰਨਾ, ਜਿਵੇਂ 2-3 ਮਿੰਟ ਵਾਸਤੇ ਇਸ ਤਰ੍ਹਾਂ ਚਮਚਿਆਂ ਨਾਲ ਹਿਲਾਉਣਾ ਹੈ। ਅਤੇ ਮੈਂ ਵਨੀਗਰ ਲਿਆ ਹੈ, ਵਨੀਗਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਐਡ ਕਰ ਲਿਆ ਹੈ, ਅਤੇ ਚਮਚਾ ਚਮਚਾ ਕਰਕੇ ਥੋੜ੍ਹਾ ਥੋੜ੍ਹਾ ਵਨੀਗਰ ਮੈਂ ਪਾਵਾਂਗੀ ਅੰਦਰ। ਹੌਲੀ ਹੌਲੀ ਹਿਲਾਵਾਂਗੇ। ਵੇਖੋ ਦੁੱਧ ਫੁੱਟ ਰਿਹਾ ਹੈ, ਹੋਰ ਪਾ ਦੇਵਾਂਗੇ। ਇਸ ਤਰ੍ਹਾਂ ਕਰਕੇ ਇਹਨੂੰ ਹੌਲੀ ਹੌਲੀ ਹਿਲਾਵਾਂਗੇ। ਇਸ ਤਰ੍ਹਾਂ ਦੁੱਧ ਫੁੱਟ ਗਿਆ ਹੈ, ਦੁੱਧ ਫੁੱਟ ਚੁੱਕਾ ਹੈ, ਚੰਗੀ ਤਰ੍ਹਾਂ ਅੱਡ ਅੱਡ ਹੋ ਗਿਆ ਹੈ, ਪਾਣੀ ਛੱਡ ਦਿੱਤਾ ਹੈ ਪਨੀਰ ਨੇ। ਪਨੀਰ ਬਣਾਉਣ ਵਾਸਤੇ ਹਮੇਸ਼ਾ ਫੁੱਲ ਕਰੀਮ ਲੈਣਾ ਹੈ। ਪਨੀਰ ਨੂੰ ਅਸੀਂ ਪੁਣ ਲਿਆ ਸੀਗਾ, ਹੁਣ ਅਸੀਂ ਉੱਤੋਂ ਦੀ ਇੱਕ ਵਾਰੀ ਹੋਰ ਪਾਣੀ ਪਾ ਕੇ ਅਤੇ ਇਸ ਦੀ ਖਟਾਸ ਕੱਢ ਲੈਂਦੇ ਹਾਂ, ਖੱਟਾਪਣ ਨਿਕਲ ਜਾਵੇ ਜਿਹੜਾ। ਇੱਕ ਵਾਰੀ ਹੋਰ ਧੋ ਲੈਂਦੇ ਹਾਂ ਪਨੀਰ ਨੂੰ ਪਾਣੀ ਦੇ ਨਾਲ। 1.5 ਕਿਲੋ ਦੁੱਧ ਵਿੱਚੋਂ 250 ਗ੍ਰਾਮ ਪਨੀਰ ਨਿਕਲਿਆ ਹੈ। ਅਸੀਂ ਮਿਲਕ ਇੱਕ ਵਾਸਤੇ ਜਿਹੜਾ 1 ਕਿਲੋ ਦੁੱਧ ਲਿਆ ਸੀ ਉਹ ਵੀ ਚੰਗੀ ਤਰ੍ਹਾਂ ਸੰਘਣਾ ਹੋ ਚੁੱਕਾ ਹੈ। ਹੁਣ ਅਸੀਂ ਇਹਦੇ ਅੰਦਰ ਪਨੀਰ ਪਾ ਦਿੰਦੇ ਹਾਂ। ਪਨੀਰ ਪਾ ਕੇ ਇਸ ਤਰ੍ਹਾਂ ਚਲਾਉਂਦੇ ਰਹਾਂਗੇ, ਨਾਲ ਇਲਾਇਚੀ ਦਾਣਾ ਪਾ ਦਿੰਦੇ ਹਾਂ ਅਤੇ ਨਾਲ ਰਗੜੇ ਹੋਏ ਕਾਜੂ ਪਾ ਦਿੰਦੇ ਹਾਂ। ਜੇ ਤੁਸੀਂ ਖੰਡ ਪਾਉਣੀ ਤਾਂ ਤੁਸੀਂ ਖੰਡ ਵੀ ਪਾ ਸਕਦੇ ਹਾਂ, ਪਰ ਮੈਂ ਮਿੱਠਾ ਦੁੱਧ ਪਾ ਰਹੀ ਹਾਂ। ਕਾਜੂ ਪਾਉਣੇ ਆਪਸ਼ਨਲ ਨੇ, ਜੇ ਤੁਸੀਂ ਕਾਜੂ ਪਾਉਣੇ ਪਾ ਸਕਦੇ ਹਾਂ, ਨਹੀਂ ਤਾਂ ਕੋਈ ਗੱਲ ਨਹੀਂ। ਮੈਂ 5 ਚਮਚੇ ਦੁੱਧ ਦੇ ਲੈਣੇ ਮਿੱਠੇ ਦੁੱਧ ਦੇ ਵੀ ਪਾ ਦਿੰਦੇ ਹਾਂ ਅੰਦਰ। ਲੋੜ ਦੇ ਅਨੁਸਾਰ ਜਿੰਨਾ ਮਿੱਠਾ ਚਾਹੀਦਾ ਹੈ ਉਨਾ ਹੀ ਪਾ ਲਓ। ਹੁਣ ਅਸੀਂ ਇਹਨੂੰ ਹਿਲਾਉਂਦੇ ਰਹਾਂਗੇ ਅਤੇ ਸੰਘਣਾ ਕਰਾਂਗੇ। ਸਾਡਾ ਮਿਲਕ ਕੇਕ ਬਣ ਕੇ ਤਿਆਰ ਹੈ। ਤੁਸੀਂ ਵੇਖ ਸਕਦੇ ਹਾਂ ਕਿ ਕੜਾਹੀ ਨੇ ਮਿਲਕ ਕੇਕ ਨੂੰ ਛੱਡ ਦਿੱਤਾ ਹੈ। ਥੋੜ੍ਹੇ ਜਿਹੇ ਬਦਾਮ ਪਾ ਕੇ ਉੱਤੇ ਬਦਾਮਾਂ ਦੇ ਨਾਲ ਗਾਰਨਿਸ਼ ਕਰ ਦਿੰਦੇ ਹਾਂ। ਬਦਾਮ ਪਾਉਣੇ ਆਪਸ਼ਨਲ ਨੇ, ਜੇ ਤੁਹਾਡੇ ਕੋਲ ਹੈਗੇ ਤੁਸੀਂ ਪਾ ਸਕਦੇ ਹਾਂ। ਹੁਣ ਅਸੀਂ ਇਸ ਨੂੰ ਸੈੱਟ ਹੋਣ ਲਈ ਰੱਖ ਦਿੰਦੇ ਹਾਂ 2 ਘੰਟੇ ਵਾਸਤੇ ਫਰਿੱਜ ਵਿੱਚ। 2 ਘੰਟੇ ਹੋ ਚੁੱਕੇ ਨੇ, ਕਲਾਕੰਦ ਬਣ ਕੇ ਰੈਡੀ ਆ। ਹੁਣ ਅਸੀਂ ਇਹਨੂੰ ਪੀਸਸ ਵਿੱਚ ਕੱਟਦੇ ਹਾਂ। ਇਸ ਤਰ੍ਹਾਂ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਕਲਾਕੰਦ। ਦੇਖੋ ਬਹੁਤ ਸੋਹਣੀ ਤਿਆਰ ਹੋਈ ਹੈ। ਇਸ ਤਰ੍ਹਾਂ ਅਸੀਂ ਸਾਰੇ ਪੀਸਸ ਕੱਟ ਲੈਂਦੇ ਹਾਂ। ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਪਲੀਜ਼ ਇਸ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ, ਅਤੇ ਨਾਲੇ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਥੈਂਕ ਯੂ।